ਸਭ ਅੱਜ ਦਿੱਲੀ ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਬੁਲਾਇਆ ਗਿਆ ਤੇ ਪੰਜਾਬ ਦੀ ਉਸਮੁਖੀ ਲੀਡਰਸ਼ਿਪ ਜਿਹੜੀ ਹੈ ਸਾਰੀ ਉੱਥੇ ਬੈਠੀ ਹੈ ਉਸ ਕਿਵੇਂ ਦੇਖੀ ਕਿੰਨਾ ਪੈਸਾ ਉਹਨੇ ਲੁੱਟਿਆ ਉੱਥੇ ਮੈਂ ਤਾਂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਜਿਹੜੀ ਸੀਬੀਆਈ ਦੀ ਇਨਕੁਆਇਰੀ ਉਹ ਕਰ ਰਹੀ ਹੈ ਐਕਸਾਈਜ਼ ਸਕੈਮ ਉਹੀ ਐਕਸਾਈਜ਼ ਸਕੈਮ ਉਹੀ ਪਾਲਿਸੀ ਇੱਥੇ ਲੈ ਕੇ ਆਇਆ ਨਾਲੇ ਵੱਡਾ ਠੱਗੀ ਹੋਰ ਕੀਤੀ ਹੈ ਇਸ ਸਾਲ ਆਕਸ਼ਨ ਵੀ ਨਹੀਂ ਕੀਤੀ ਪਿਛਲੀ ਐਕਸਾਈਜ਼ ਪਾਲਿਸੀ ਨੂੰ ਐਕਸਟੈਂਡ ਕਰ ਦਿੱਤਾ ਹੈ 700 ਕਰੋੜ ਤੋਂ ਵੱਧ ਪੈਸਾ ਇਹਨੇ ਆਮ ਆਦਮੀ ਪਾਰਟੀ ਨੇ ਇੱਥੋਂ ਕੱਢਿਆ ਪੰਜਾਬ ਤੋਂ ਕੱਢਿਆ ਤੇ ਮੈਨੂੰ ਆਹ ਜਾਣ ਕੇ ਹੁਣ ਉੱਥੇ ਜਾ ਕੇ ਧਰਨਾ ਕਿਉਂ ਦੇ ਰਹੇ ਆ ਇੱਥੇ ਪਰਚਾ ਦੇਣ ਨੂੰ ਤਾਂ ਮਿੰਟ ਲਾਉਂਦੇ ਆ ਤੇ ਜਦੋਂ ਉਹਨਾਂ ਦੇ ਪਈ ਆ ਤੇ ਹੁਣ ਰੋਂਦੇ ਆ ਫੇਸ ਕਰਨ ਮਰਦਾਂ ਵਾਂਗੂ ਫੇਸ ਕਰਨ ਤੇ ਦੂਸਰੇ ਪਾਸੇ ਸਰ ਬੀਜੇਪੀ ਵੱਲੋਂ ਕਿ ਆਪਣਾ ਪੁਰਸ਼ੋਤਮ ਸੋਂਧੀ ਦੀ ਪਾਰਟੀ ਦੇ ਵਿੱਚ ਜੁਆਇਨਿੰਗ ਨੂੰ ਪੂਰੀ ਤਰ੍ਹਾਂ ਨਕਾਰਿਆ ਗਿਆ ਇਹਨੂੰ ਕਿਵੇਂ ਵੇਖਦੇ ਹੋ ਹਾਲਾਂਕਿ ਸੋਸ਼ਲ ਮੀਡੀਆ ਸਾਰੇ ਪਾਸੇ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਪਾਰਟੀ ਦੇ ਨਾਲ ਅਮਿਤ ਸ਼ਾਹ ਹੋਮ ਮਿਨਿਸਟਰ ਦੇ ਨਾਲ ਤਾਂ ਪੁਰਸ਼ੋਤਮ ਸੋਂਧੀ ਦੀ ਫੋਟੋ ਹੈ ਸਰੂਪਾ ਪਾਈ ਦੀ ਫੋਟੋ ਹੈ ਸਾਰੀ ਲੀਡਰਸ਼ਿਪ ਦੇ ਨਾਲ ਫੋਟੋ ਹੈ ਹੁਣ ਡਰਦੇ ਕਿਉਂ ਹੈ ਕਿਉਂਕਿ ਪੋਲ ਖੁੱਲ ਗਏ ਹੈ ਆਹ ਜਿਹੜਾ ਇੰਦਰ ਕਪਾਲ ਅਟਵਾਲ ਹੈ ਇਹਦਾ ਖਾਸ ਹੈ ਇਕੱਠੇ ਬਿਜ਼ਨਸ ਕਰਦੇ ਸਾਰਾ ਕੁਛ ਹੀ ਹੈ ਕਰਤਾ ਸਸਤਾ ਇੰਦਰ ਕੁਮਾਰ ਆਹ ਹੈ ਜਿੱਥੇ ਜਾਂਦਾ ਨਾਲ ਹੀ ਹੁੰਦਾ ਸੀ ਗੱਡੀ ਚ ਸਭ ਤੋਂ ਵੱਡਾ ਸਮਗਲਰ ਆਪਣਾ ਜਿਹੜਾ ਡਰੱਗ ਮਾਫੀਆ ਉਹ ਹੈ ਤੇ ਸਭ ਤੋਂ ਨਾਲ ਲੈ ਕੇ ਗਿਆ ਸਰੂਪਾ ਪਾ ਕੇ ਹੋਮ ਮਿਨਿਸਟਰ ਦੇ ਨਾਲ ਤੇ ਕਿਵੇਂ ਡਰਾਈ ਕਰ ਸਕਦੇ ਹਾਂ